ਹਾਲੇ ਤੱਕ ਪਟਿਆਲੇ ਦੇ ਗੰਡਾ ਖੇੜ ਚ ਲਾਪਤਾ ਹੋਏ ਦੋ ਸਕੇ ਭਰਾਵਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ, ਜਿਸ ਤੋਂ ਬਾਅਦ ਲੋਕਾਂ ਚ ਸਹਿਮ ਦਾ ਮਾਹੌਲ ਹੈ। ਹਾਲੇ ਇਸ ਮਾਮਲੇ ਚ ਪੁਲਿਸ ਦੇ ਹੱਥ ਕੋਈ ਵੀ ਸੁਰਾਗ ਨਹੀਂ ਲੱਗਿਆ ਕਿ ਪਟਿਆਲਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਇੱਕ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਬੱਚੇ ਦੀ ਕਿਸਮਤ ਚੰਗੀ ਨਿਕਲੀ ਕਿ ਉਸਦਾ ਬਚਾ ਹੋ ਗਿਆ। ਪ੍ਰਵਾਸੀ ਵਿਅਕਤੀਆਂ ਵੱਲੋਂ ਬੱਚੇ ਨੂੰ ਕਿਹਾ ਗਿਆ ਕਿ ਉਸਨੂੰ ਉਸਦਾ ਪਿਤਾ ਬੁਲਾ ਰਿਹਾ ਤੇ ਫਿਰ ਉਸਨੂੰ ਮੋਟਰਸਾਈਕਲ ਤੇ ਬਿਠਾ ਕੇ ਲੈ ਗਏ, ਪਰ ਬੱਚਾ ਇਨ੍ਹਾਂ ਅਗਵਾ ਕਰਨ ਵਾਲੇ ਪ੍ਰਵਾਸੀ ਤੋਂ ਕਿਵੇਂ ਬਚਿਆ, ਆਓ ਸੁਣਦੇ ਹਾਂ ਬੱਚੇ ਦੀ ਜਵਾਨੀ। ਬਾਪ ਠੇਕੇ ਤੇ ਬੈਠਾ, ਮੈਂ ਯਾਰ ਟੱਲੀ ਨਾਲ ਦੋਨੇ ਜਣੇ ਬੈਠੇ ਸੀ, ਉਹ ਵੀ ਠੇਕੇ ਤੇ ਪਊਆ ਲੈਣ ਖੜ ਗਏ, ਜਿਹੜੇ ਪਊਆ ਲੈਣ ਲੱਗਿਆ ਸੀ ਉਹ ਭੱਜ ਗਿਆ, ਆ ਦੋ ਜਣੇ ਰਹਿ ਗਏ। ਫਿਰ ਅਸੀਂ ਨੇ ਫੈਂਟੇ ਧਰ ਕੇ, ਖੂਨ ਤਾਂ ਨਿਕਲ ਰਿਹਾ ਸੀ, ਹਾਂਜੀ ਵੀਰ ਜੀ, ਇਹ ਮਟੋੜ ਦੇ ਪਿੰਡ ਦੀ ਵੀਡੀਓ ਆ ਗਈ। ਆ ਸਾਡੇ ਪਿੰਡ ਦਾ ਬੱਚਾ ਜਿਹਨੂੰ ਚੱਕ ਕੇ ਲੈ ਗਏ ਸੀਗੇ, ਕਹਿੰਦੇ ਉਹਨੂੰ ਟੋਫੀਆਂ ਦਵਾਉਣੀਆਂ ਨੇ, ਠੀਕ ਹੈ ਨਾ। ਉਹ ਬੱਚਾ ਬੈਠ ਗਿਆ, ਕੁਦਰਤੀ ਉਹਦੇ ਡੈਡੀ ਸਾਹਮਣੇ ਆ ਰਿਹਾ ਸੀ, ਉਹਨੇ ਆਵਾਜ਼ ਮਾਰਤੀ ਜਦੋਂ ਉਹਦਾ ਮੂੰਹ ਬੰਦ ਕਰਤਾ ਅਤੇ ਉਹਨਾਂ ਨੇ ਬਚਾ ਲਿਆ ਉਹ ਮੁੰਡਾ, ਨਹੀਂ ਤਾਂ ਪਤਾ ਨਹੀਂ ਇਹਨੂੰ ਲੈ ਜਾਣਾ ਸੀ ਉਹਨਾਂ ਨੇ। ਸੋ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਕਰੋ, ਸਾਰੇ ਮੇਰੇ ਭੈਣ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਦੀ ਖੁਦ ਗੌਰ ਰੱਖੋ। ਇਸ ਘਟਨਾ ਤੋਂ ਬਾਅਦ ਪਿੰਡ ਮਟੌੜਾ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਅਤੇ ਪਿੰਡ ਵਾਸੀਆਂ ਵੱਲੋਂ ਅਗਵਾਕਾਰਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੁਣ ਇਹਨਾਂ ਆਰੋਪੀਆਂ ਤੋਂ ਇਹ ਵੀ ਖੁਲਾਸਾ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ ਕਿ ਜੋ ਗੰਡਾ ਖੇਡ 'ਚ ਦੋ ਬੱਚੇ ਲਾਪਤਾ ਹੋਏ ਨੇ, ਕਿ ਉਹਨਾਂ ਨੂੰ ਅਗਵਾ ਕਰਨ ਪਿੱਛੇ ਇਹਨਾਂ ਦਾ ਹੱਥ ਤਾਂ ਨਹੀਂ। ਪਟਿਆਲਾ ਤੋਂ ਬਿਊਰੋ ਰਿਪੋਰਟ, ਚੈਨਲ ਪੰਜਾਬ। ਹਰ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ।